ਹੋਇਆ ਮੇਰੀ ਸ਼ਕਲ ਨੂੰ। ਵੱਡਾ ਬਾਈ ਪਤਾ ਕੀ ਕਹਿੰਦਾ ਹੁੰਦਾ, ਕਹਿੰਦਾ ਤੇਰੀ ਸ਼ਕਲ ਨਾ ਜਮਾ ਸਨੀ ਦਿਓਲ ਵਰਗੀ ਹੈ। ਅਬੀ ਜੋ ਤੇਰਾ ਵਿਆਹ ਹੋਇਆ ਸੀ ਜਿਹੜੀ ਕੁੜੀ ਰੀਬਨ ਕਟਾਈ ਜਾਂਦੀ ਸੀ ਉਹ ਵੀ ਤਾਂ ਕੰਜਰ ਦੀ ਚਿੜੀ ਤੇ ਵੀ ਲੱਗਦੀ ਸੀ। ਤੂੰ ਬਹੁਤ ਸੋਹਣੀ, ਦੇਖੀ ਮੇਰਾ ਉਹਦੇ ਨਾਲ ਵਿਆਹ ਕਰਾ ਦੇ, ਕਰਾ ਦੇ। ਵੇ ਉਹ ਕਾਲਜ ਚ ਪੜ੍ਹਦੀ ਆ, ਕਿੱਥੇ ਰਾਮ ਰਾਮ ਤੇ ਕਿੱਥੇ ਕਿੱਥੇ ਰਾਮ ਰਾਮ ਕਿੱਥੇ ਟੈਂਟ। ਅਬੀ ਜਦੋਂ ਸਾਡਾ ਵਿਆਹ ਹੋਊਗਾ ਫਿਰ ਪਤਾ ਫਿਰ ਨਾ ਮੈਂ ਨਾ ਆਪਣੀ ਰੂਮ ਲੈ ਕੇ ਨਾ ਇੱਕ ਕਮਰੇ ਚ ਵੜ ਜਾਊਗਾ, ਫਿਰ ਅੰਦਰ ਕੁੰਡੀ ਲਾ ਲਿਆ ਕਰੂੰਗਾ, ਫਿਰ ਪਤਾ ਮੈਂ ਕੀ ਕਰਿਆ ਕਰੂੰਗਾ, ਫਿਰ ਅਸੀਂ ਦੋਨੇ ਜਾਣੇ ਰਲ ਕੇ ਚੂਹੇ ਮਾਰਿਆ ਕਰਾਂਗੇ। ਕੱਲਾ ਐਡਾ ਮੋਟਾ ਚੂਹਾ ਮੇਰੀ ਤੰਬੀ ਚ ਵੜ ਗਿਆ, ਸਾਡੇ ਪਤੀੜੇ ਪਵਾ ਦੀਆਂ ਮੇਰੀਆਂ, ਮੈਂ ਤਾਂ ਇਹ ਫੜ ਲਿਆ ਘੁੱਟ ਕੇ, ਇੰਨੀ ਘੁੱਟ ਕੇ ਬੜਾ ਵਿੱਚ ਪਤੀਂਗਲ ਕਰਤਾ ਸੀ। ਮਾਰ ਚਾ ਛੱਡ ਸੁਨੇਹਾ ਦੇ ਬਾਪੂ ਨੂੰ। ਆਹੋ ਲਾਇਆ ਉਹਨੇ ਕੁੰਜ ਦੇ ਨਵੇਂ ਵਾੜਾ ਪਾਤਾ, ਕਹਿੰਦਾ ਲਾ ਲਿਆ ਤੇ ਘਰੇ ਅਫਸੋਸ ਕਰਨ ਤੈਨੂੰ ਜਾਣਾ ਪੈਣਾ। ਕਹਿੰਦਾ ਵੀ ਠੀਕ ਹੀ ਤਾਂ ਕਿਹਾ ਉਹਨਾਂ ਨੇ, ਠੀਕ ਸੁਭਾਅ ਕਿਹਾ, ਮੈਂ ਜਾਣਦਾ ਉਹਨੂੰ ਵੱਡੇ ਕੰਮ ਨੂੰ, ਉੱਥੇ ਵਿਹਲਾ ਬੈਠਾ ਤਾਂ ਵੱਢਦਾ ਜੇ ਪੁੱਛਾ ਮਰੋੜੀ ਜਾਊਗਾ। ਚੱਲ ਹੁਣ ਜਾਣਾ ਤਾਂ ਪੈਣੀ ਆ ਭਾਬੀ, ਤੂੰ ਫਿਰ ਐਂ ਕਰ ਮੇਰੇ ਸੋਹਣੇ ਜਿਹੇ ਕੱਪੜੇ ਕੱਢ ਦੇ, ਮੈਂ ਸ਼ਹਿਰ ਜਾਣਾ। ਚੰਗਾ ਸਿਰ ਲਾ ਕਰ ਦੇਗੀ ਨਾ? ਹਾਂ ਕੱਢ ਦੇ। ਠੀਕ ਹੈ।